डॉक्टर शांत कुमार हम साडा सारे दा फर्ज है कि असी उन्हें आ पहुंच चुके ने। मैं सारे नु बेनती करदा कि हाल दे विच पहुंचण दी कृपालता करो और असी उन्हां दे नाल अपने विचार थोड़िया जो भी दिल दीआं गल्लां ने आपां साझा कर सकीए। ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਡਾਕਟਰ ਨਿਸ਼ਾਂਤ ਕੁਮਾਰ ਜੀ ਨੂੰ ਟਿਕਟ ਮਿਲੀ ਹੈ ਔਰ ਹੁਣ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਜਿੱਥੇ ਵੀ ਸਾਡੇ ਕੋਲ ਰਿਸ਼ਤੇਦਾਰ ਸੱਜਣ ਮਿੱਤਰ ਚੰਬੇਵਾਲ ਹਲਕੇ ਦੇ ਵਿੱਚ ਨੇ ਅਸੀਂ ਉਹ ਸਾਰਿਆਂ ਦੇ ਨਾਲ ਦੇਖਿਓ ਜੀ ਸਾਰੇ ਦੇਖਿਓ ਭਾਜੀ ਇਸ਼ਾਨ एक दर्द होंगे एक इच्छा होंगी है काम करने की सारिया क्वालिटी डॉक्टर साहब के अंदर ने और सब तो वड्डी साडे लई खुशी की गल है कि डॉक्टर साहब तुसीं साडे हारी हो साडे हुशियारपुर की दुआबे की पूरे पंजाब की सियासत दे विच तुसीं साडे नाल एक यंग लीडर हो और तुहाडे कोल समा बहुत है तजर्बा लैण दे लई समा बहुत है और यूथ नूं की कुछ चाहीदा है वो तुसीं भलीभां उस गल दे नाल वाकिफ हो और असीं तुहाडे तों यही आस रखदे हां कि यूथ लई सब तो पहली तो गल ये कि साडा यूथ नशियां तों बचिया रहे नशियां तों तद बचेगा अगर साडे कोल खेड दीआं सहूलतां ग्राउंडां जिम ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਮੁਕੰਮਲ ਹੋਣਗੀਆਂ। ਉਸ ਤੋਂ ਬਾਅਦ ਯੂਥ ਆਪਣੀ ਸਿਹਤ ਦੇ ਨਾਲ ਨਾਲ ਯੂਥ ਲਈ ਰੁਜ਼ਗਾਰ ਦੇ ਸਾਧਨ ਵੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅਸੀਂ ਇੰਡਸਟਰੀ ਲੈ ਕੇ ਆਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੀਜ਼ ਦੇ ਲਈ। ਸ਼੍ਰੀਮਤੀ ਰਵਿੰਦਰ ਕੌਰ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਗੁਰਵਿੰਦਰ ਜੀ ਕਾਰਜਲ ਭਗਤਾਂ ਤੋਂ ਮਿੰਟੂ ਭਾਈ ਜੀ ਨੇ ਸਮੁੱਚੀ ਟੀਮ ਵੱਖ ਵੱਖ ਪਿੰਡਾਂ ਤੋਂ ਆਏ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ ਬਹੁਤ ਹੀ ਸਰਕਾਰੀ ਉਸਾਹ ਸਿੰਘ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਨਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਡਾਕਟਰ ਰਾਜਕੁਮਾਰ ਸਭਿਆ ਨੇ ਹਲਕੇ ਆਪਣੇ ਗਲਾਂ ਰੱਖੇ ਸੀ। ਉਦੋਂ ਸਿਰਫ ਡਾਕਟਰ ਰਾਜਕੁਮਾਰ ਸੀਗੇ ਫਿਰ ਇੰਨਾ ਪਿਆਰ ਦਿੱਤਾ ਤੁਸੀਂ ਕਿ ਨਾਮ ਜੀ ਸਭਿਆਵਾਲ ਆ ਗਿਆ ਤੇ ਉਸਦੇ ਵਿੱਚ ਬਹੁਤ ਵੱਡਾ ਜੋ ਯੋਗਦਾਨ ਰਿਹਾ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਦਾ ਚਾਚੀ ਸੋਨੀਆ ਜੀ ਦਾ ਜਿਹਨੇ ਹਮੇਸ਼ਾ ਮੋਢੇ ਦਾ ਮੋਢਾ ਲਾ ਕੇ ਚੱਲੇ ਆ ਤੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਸੇਵਾ ਕੀਤੀ ਹੈ ਅੱਗੇ ਲਈ ਤੇ ਜੋ ਉਹਨਾਂ ਦੀ ਮਿਹਨਤ ਹੈ ਉਹਦੇ ਬਾਰੇ ਜਿੰਨੀ ਗੱਲ ਕਰੀਏ ਉਨੀ ਘੱਟ ਹੈ ਕਿਉਂਕਿ ਇੰਨੇ ਕੰਮ ਕੀਤੇ ਹੈ ਇੰਨੇ ਇਤਿਹਾਸਿਕ ਕੰਮ ਕੀਤੇ ਹੈ ਜਿਹੜੇ ਕੰਮ 40-50 ਸਾਲਾਂ ਤੋਂ ਨਹੀਂ ਹੋਏ ਸੀਗੇ ਉਹ ਕੰਮ ਗਿਣਾਉਣ ਲੱਭੇ ਤਾਂ ਸਵੇਰ ਹੋ ਜਾਣੀ ਹੈ ਉਹਨਾਂ ਨੂੰ ਤੁਸੀਂ ਇੰਨਾ ਪਿਆਰ ਦੇ ਕੇ ਪਹਿਲਾਂ ਦੋ ਵਾਰੀ ਵਿਧਾਇਕ ਬਣਾਇਆ ਤੇ ਹੁਣ ਤੁਸੀਂ ਉਹਨਾਂ ਦੀ ਪ੍ਰਮੋਸ਼ਨ ਕਰਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਿਸ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਤੇ ਹੁਣ ਜੋ MLA ਦੀ ਸੀਟ ਖਾਲੀ ਹੋਈ ਹੈ ਵਿਧਾਨ ਸਭਾ ਦੀ ਹਲਕਾ ਚੱਬੇਵਾਲ ਤੋਂ ਉਸਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੇ ਮੈਨੂੰ ਸੌਂਪੀ ਹੈ ਜਿਸਦਾ ਮੈਂ ਧੰਨਵਾਦ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਮੁੱਚੀ ਹਾਈਕਮਾਂਡ ਦਾ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਇਸ ਟਿਕਟ ਦੇ ਨਾਲ ਨਿਵਾਜਿਆ ਤੇ ਮੈਨੂੰ ਇਸ ਮੌਕੇ ਦੇ ਕਾਬਿਲ ਸਮਝਿਆ।
ਇੱਕ ਫੈਸਲਾ ਲਿੱਤਾ ਜੋ ਸੀਗਾ ਬਿਜਲੀ ਦੇ ਬਿੱਲ ਦਾ, ਬਿਜਲੀ ਦਾ ਬਿੱਲ ਜ਼ੀਰੋ ਕਰਤਾ, 600 ਯੂਨਿਟ ਮਾਫ ਕਰਦੇ, ਜਿਹਦੇ ਨਾਲ ਜੋ ਲੋਕਾਂ ਨੂੰ ਐਡੀ ਵੱਡੀ ਰਾਹਤ ਮਿਲੀ ਹੈ ਜਿਸਦਾ ਸ਼ਬਦਾਂ 'ਚ ਜ਼ਿਕਰ ਨਹੀਂ ਕੀਤਾ ਜਾ ਸਕਦਾ। ਹੋਰ ਵੀ ਪਾਰਟੀ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹੈ, ਬਹੁਤ ਸਾਰੇ ਉਪਰਾਲੇ ਕੀਤੇ ਹੈ, ਪੰਜਾਬ ਨੂੰ ਹੋਰ ਬਿਹਤਰ ਕੀਤਾ। ये भी तरीक करते गए कि देखते हो जिखो जो चोन तरीक न जो अगे कर दिता गया है वो जो सारे लोगों की धार्मिक भावनावान उन्होंने मद्देनज़र रखते उन्होंने किया गया तो इस फैसले को आप वेलकम करते हैं, आप स्वागत करते हैं इस फैसले का, क्योंकि इस दिन आले होएगा कि उस दिन जो लोगों ने गुरु घर जाना जिते भी सारे उन्होंने सके इवेंट से उस तो हूँ अच्छी तरह फ्री होके अच्छी तरह वोट पा सकते हैं। सर हम तुम अज फॉर्म किए ने क्यों जहाँ रिस्पोंस मिल रहा है? रिस्पोंस अच्छा मिल रहा है क्योंकि डॉक्टर राजकुमार चबेवाल जी ने बहुत सारे काम किए हल्के, साड़ी आम आदमी पार्टी की सरकार ने बहुत सारे काम किए हल्के, वो सदके जो रिस्पोंस है वो बहुत अच्छा है तो लोगों बहुत प्यार है तो बहुत उत्साह भी है इलेक्शन में लैके। और अगर की है टेम की है हूँ अगे मीटिंग्स दो बचिया साड़िया जो एक जल्लोवाल पिंड है तो एक भाम पिंड है। अज अ सवेर तो चले हुए हैं जी, सब तो पहला मैमोवाल उसके बाद बटिया फलाही अपने अलग अलग पिंड सिंहपुर हूँ आए है ਹਾਂਜੀ ਬਸੀ ਕਲਾਂ ਵੀ ਸੀਗੇ ਸਲੇਮਪੁਰ ਸੀਗੇ ਉਹ ਲੱਗੇ ਹੋਏ ਦੋ ਪਿੰਡ ਹੋ ਗਏ। ਕਿਹੋ ਜਿਹਾ ਰਿਸਪੋਂਸ ਮਿਲਦਾ? ਬਹੁਤ ਵਧੀਆ ਮਿਲ ਰਿਹਾ ਜੀ। ਕੀ ਕਹਿਣਾ ਹੈਗਾ ਪਬਲਿਕ ਨੂੰ? ਕੀ ਕਹਿਣਾ ਪਬਲਿਕ ਨੂੰ ਇਹ ਹੈ ਕਿ ਜਿਵੇਂ ਤੁਸੀਂ ਡਾਕਟਰ ਰਾਜ ਜੀ ਦੀ ਹੁਣ ਤੱਕ ਵੋਟ ਸਪੋਰਟ ਕੀਤੀ ਹੈ ਉਵੇਂ ਉਹਨਾਂ ਦੇ ਬੇਟੇ ਡਾਕਟਰ ਇਸ਼ਾਨ ਦੀ ਵੋਟ ਸਪੋਰਟ ਕਰਨੀ। ਥੈਂਕ ਯੂ।